ਇਸ ਵੀਡੀਓ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਿলো ਧੰਨਵਾਦੀ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਬੀਰ ਦੇਵਲ ਅੱਜ ਗੱਲ ਕਰਨ ਜਾ ਰਿਹਾ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਚਹੇਤੇ ਦਰਬਾਰੀ ਬਾਰੇ ਤੁਸੀਂ ਉਹਨਾਂ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਉਹਨਾਂ ਦੀ ਬੁੱਧੀ ਉਹਨਾਂ ਦੀ ਹਾਜ਼ਰ ਜਵਾਬੀ ਤੇ ਉਹਨਾਂ ਦੇ ਕਿਰਦਾਰ ਬਾਰੇ ਤੁਸੀਂ ਸ਼ਾਇਦ ਅਹੀ ਜਾਣਦੇ ਹੋਵੋ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਵੀਡੀਓ ਚਾਲੂ ਕਰਾਂ ਸਾਰੇ ਜਾਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੱਥ ਜੋੜ ਕੇ ਆਪ ਤੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਦੇਖਿਓ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਚਹੇਤੇ ਦਰਬਾਰੀ ਦਾ ਨਾਮ ਸੀ ਫਕੀਰ ਅਜ਼ੀਜ਼ਉਦੀਨ। ਫਕੀਰ ਅਜ਼ੀਜ਼ਉਦੀਨ ਲਾਹੌਰ ਦੇ ਇੱਕ ਹਕੀਮ ਦੇ ਪੁੱਤਰ ਸਨ। ਉਹਨਾਂ ਦਾ ਇੱਕ ਭਰਾ ਵੀ ਸੀ ਫਕੀਰ ਨੂਰਉਦੀਨ। ਫਕੀਰ ਅਜੀਜ਼ਉਦੀਨ ਜਦੋਂ ਮਹਾਰਾਜਾ ਨੂੰ ਪਹਿਲੀ ਵਾਰ ਮਿਲੇ ਸੀ ਉਸ ਸਮੇਂ ਫਕੀਰ ਸਾਹਿਬ ਮਹਾਰਾਜਾ ਨੂੰ ਅੱਖ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਦਵਾਈ ਦੇਣ ਆਏ ਸੀ। ਫਕੀਰ ਸਾਹਿਬ ਦੇ ਗੱਲਬਾਤ ਦੇ ਤਰੀਕੇ ਨੇ ਮਹਾਰਾਜਾ ਦਾ ਦਿਲ ਜਿੱਤ ਲਿਆ ਤੇ ਮਹਾਰਾਜਾ ਨੇ ਫਕੀਰ ਸਾਹਿਬ ਨੂੰ ਦਰਬਾਰ ਵਿੱਚ ਵਿਦੇਸ਼ ਮੰਤਰੀ ਕੌਸ਼ਿਤ ਕਰ ਦਿੱਤਾ ਉਸ ਸਮੇਂ ਫਕੀਰ ਸਾਹਿਬ ਨੂੰ ਅਰਬੀ ਫਾਰਸੀ ਉਰਦੂ ਪੰਜਾਬੀ ਤੇ ਪਾਸ਼ਟੋਪਾਸ਼ਾ ਦਾ ਗਿਆਨ ਸੀ ਤੇ ਕੋਈ ਸਮੇਂ ਬਾਅਦ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਵੀ ਗਿਆਨ ਹੋ ਗਿਆ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਸਾਹਿਬ ਨੂੰ ਭੰਬਲਪੂਸੇ ਵਿੱਚ ਪਾਉਣ ਲਈ ਇੱਕ ਸਵਾਲ ਪੁੱਛਿਆ ਕਿ ਫਕੀਰ ਸਾਹਿਬ ਤੁਹਾਡੇ ਮੁਤਾਬਿਕ ਕਿਹੜਾ ਧਰਮ ਯਾਦਾ ਵਧੀਆ ਹੈ ਤਾਂ ਫਕੀਰ ਸਾਹਿਬ ਨੇ ਹਾਜ਼ਰ ਜਵਾਬ ਦਿੱਤਾ ਸਿੰਘ ਸਾਹਿਬ ਮੈਂ ਦਰਿਆ ਵਿੱਚ ਡੁੱਬ ਰਿਹਾ ਇਨਸਾਨ ਹਾਂ ਧਰਮ ਮੇਰੇ ਲਈ ਦਰਿਆ ਦੇ ਕਿਨਾਰਿਆਂ ਦੇ ਵਾਂਗ ਹੈ ਤਾਂ ਇਹ ਜਵਾਬ ਸੁਣ ਕੇ ਮਹਾਰਾਜਾ ਖੁਸ਼ ਹੋ ਗਏ ਸੀ ਫਕੀਰ ਸਾਹਿਬ ਮਹਾਰਾਜਾ ਦੇ ਬਹੁਤ ਹੀ ਪ੍ਰੋ ਸਹਿਯੋਗ ਦਰਬਾਰੀ ਸਨ ਜਦੋਂ ਕਿਤੇ ਮਹਾਰਾਜਾ ਨੂੰ ਲਾਹੌਰੋਂ ਬਾਹਰ ਜਾਣਾ ਪੈਂਦਾ ਸੀ ਤਾਂ ਮਹਾਰਾਜਾ ਫਕੀਰ ਸਾਹਿਬ ਨੂੰ ਹੀ ਲਾਹੌਰ ਸੌਂਪ ਕੇ ਜਾਂਦੇ ਸੀ ਫਕੀਰ ਸਾਹਿਬ ਮਹਾਰਾਜਾ ਦੇ ਇੰਨਾ ਕੋ ਨੇੜੇ ਹੋ ਗਏ ਸਨ ਕਿ ਮਹਾਰਾਜਾ ਫਕੀਰ ਸਾਹਿਬ ਤੇ ਅੱਖਾ ਬੰਦ ਕਰਕੇ ਯਕੀਨ ਕਰਦੇ ਸਨ ਫਕੀਰ ਸਾਹਿਬ ਹੀ ਲੋੜ ਪੈਣ ਤੇ ਮਹਾਰਾਜਾ ਦੇ ਦਵਾਦਾਰੂ ਦਾ ਇੰਤਜ਼ਾਮ ਕਰਦੇ ਸਨ ਇਥੋਂ ਤੱਕ ਕਿ ਫਕੀਰ ਸਾਹਿਬ ਦਿਨ ਰਾਤ ਮਹਾਰਾਜਾ ਦੀ ਖਿਦਮਤ ਕਰਦੇ ਸੀ ਇਸ ਦੇ ਬਦਲੇ ਵਿੱਚ ਮਹਾਰਾਜਾ ਨੇ ਫਕੀਰ ਅਜੀਜਉਦੀਨ ਨੂੰ ਫਕੀਰ ਸਾਹਿਬ ਕਹਿ ਕੇ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾ ਫਕੀਰ ਸਾਹਿਬ ਭਾਵੇਂ ਜੰਗ ਵਿੱਚ ਨਹੀਂ ਸੀ ਜਾਂਦੇ ਪਰ ਅਲਫਾਜਾਂ ਨਾਲ ਜੰਗ ਜਿੱਤਣ ਦਾ ਦਮ ਰੱਖਦੇ ਸੀ ਇੱਕ ਵਾਰ ਫਕੀਰ ਸਾਹਿਬ ਨੂੰ ਇੱਕ ਅੰਗਰੇਜ਼ੀ ਅਫਸਰ ਨੇ ਪੁੱਛਿਆ ਕਿ ਤੁਹਾਡਾ ਮਹਾਰਾਜਾ ਕਿਸ ਅੱਖ ਤੋਂ ਕਾਣਾ ਹੈ ਤਾਂ ਫਕੀਰ ਸਾਹਿਬ ਨੇ ਉੱਤਰ ਦਿੱਤਾ ਖਾਲਸਾ ਜੀ ਦੇ ਚਿਹਰੇ ਦਾ ਤੇਜ ਇੰਨਾ ਕੋਈ ਜ਼ਿਆਦਾ ਹੈ ਕਿ ਮੇਰੀ ਕਦੇ ਯੁਰਤ ਹੀ ਨਹੀਂ ਪਈ ਉਹਨਾਂ ਦੇ ਚਿਹਰੇ ਵੱਲ ਵੇਖਣ ਦੀ ਫਿਰ ਅੰਗਰੇਜ਼ੀ ਅਫਸਰ ਨੂੰ ਦੂਸਰਾ ਸਵਾਲ ਨਹੀਂ ਸੀ ਆਇਆ ਫਕੀਰ ਸਾਹਿਬ ਜਿੰਨਾ ਮਹਾਰਾਜਾ ਦਾ ਕਰਦੇ ਸੀ ਉਨਾ ਹੀ ਮਹਾਰਾਜਾ ਫਕੀਰ ਸਾਹਿਬ ਦਾ ਮੂੰਹ ਕਰਦੇ ਸੀ ਜੇਕਰ ਫਕੀਰ ਸਾਹਿਬ ਦੁਸ਼ਮਣ ਦੇ ਇਲਾਕੇ ਵਿੱਚ ਇਕੱਲੇ ਵੀ ਚਲੇ ਜਾਂਦੇ ਸੀ ਤਾਂ ਕੋਈ ਉਹਨਾਂ ਨੂੰ ਬਿਨਾ ਆਗਿਆ ਉਂਗਲ ਤੱਕ ਨਹੀਂ ਸੀ ਲਾ ਸਕਦਾ ਜਲਾਲਾਬਾਦ ਵਿੱਚ ਫਕੀਰ ਸਾਹਿਬ ਇਕੱਲੇ ਹੀ ਕਾਬਲ ਫੌਜ ਕੋਲ ਚਲੇ ਗਏ ਸੀ ਪਰ ਇਸ ਵਾਰ ਮਹਾਰਾਜਾ ਦੇ ਕਹਿਣ ਤੇ دوست محمد ਖਾਨ ਫਕੀਰ ਸਾਹਿਬ ਨੂੰ ਕੈਦ ਕਰ ਲੈਣਾ ਚਾਹੁੰਦਾ ਸੀ ਤੇ ਉਸਨੇ ਆਪਣੇ ਭਰਾਵਾਂ ਤੱਕ ਨੂੰ ਹੁਕਮ ਦਿੱਤਾ ਹੋਇਆ ਸੀ ਪਰ ਉਸ ਦਾ ਭਰਾ ਜਾਣਦਾ ਸੀ ਫਕੀਰ ਸਾਹਿਬ ਨੂੰ ਕੈਦ ਕਰ ਲਿਆ ਤਾਂ ਮਹਾਰਾਜਾ ਕਾਬਲ ਤਖਤ ਖਦੇੜ ਕੇ ਰੱਖ ਦੇਵੇਗਾ ਇਸ ਲਈ ਸੁਲਤਾਨ ਮੁਹੰਮਦ ਨੇ ਆਪਣੇ ਭਰਾ ਦਾ ਸਾਥ ਛੱਡ ਕੇ ਫਕੀਰ ਸਾਹਿਬ ਦੀਆਂ ਗੱਲਾਂ ਵਿੱਚ ਆ ਕੇ ਮਹਾਰਾਜਾ ਅੱਗੇ ਹੱਥ ਜੋੜ ਦਿੱਤੇ ਤੇ ਦੋਸਤ ਮੁਹੰਮਦ ਖਾਨ ਰਾਤੋ-ਰਾਤ ਜਲਾਲਾਬਾਦ ਛੱਡ ਕੇ ਕਾਬਲ ਭੱਜ ਗਿਆ ਸੀ ਫਕੀਰ ਸਾਹਿਬ ਦੇ ਹੱਥ ਵਿੱਚ ਮਹਾਰਾਜਾ ਨੇ ਬਹੁਤ ਸਾਰੀਆਂ ਤਾਕਤਾਂ ਦੇ ਦਿੱਤੀਆਂ ਹੋਈਆਂ ਸਨ ਪਰ ਕਦੇ ਵੀ ਉਹਨਾਂ ਨੇ ਬੇਈਮਾਨੀ ਨਹੀਂ ਕੀਤੀ ਮਹਾਰਾਜਾ ਦੇ ਕਾਲ ਚਲਾਣੇ ਤੋਂ ਬਾਅਦ ਵੀ ਫਕੀਰ ਸਾਹਿਬ ਚਾਹੁੰਦੇ ਤਾਂ ਦਰਬਾਰ ਵਿੱਚ ਤੀਜਾ ਜਥਾ ਮੁਸਲਮਾਨਾਂ ਦਾ ਬਣਾ ਸਕਦੇ ਸੀ ਤੇ ਸਭ ਤੋਂ ਤਾਕਤਵਰ ਜਥਾ ਵੀ ਫਕੀਰ ਸਾਹਿਬ ਦਾ ਹੀ ਹੋਣਾ ਸੀ ਪਰ ਉਹ ਮਰਦੇ ਦਮ ਤੱਕ ਮਹਾਰਾਜਾ ਦੇ ਵਫਾਦਾਰ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਮਹਾਰਾਜਾ ਨੋਨਿਹਾਲ ਸਿੰਘ ਦਾ ਵੀ ਸਬੰਧ ਫਕੀਰ ਸਾਹਿਬ ਨਾਲ ਆਪਣੇ ਦਾਦੇ ਵਾਂਗ ਰਹੀ ਸੀ ਪਰ ਜਦੋਂ ਮਹਾਰਾਜਾ ਨੋਨਿਹਾਲ ਸਿੰਘ ਦਾ ਵੀ ਕਾਲ ਚਲਾਣਾ ਹੋ ਗਿਆ ਫਿਰ ਸਾਲ ਕੁ ਬਾਅਦ ਫਕੀਰ ਸਾਹਿਬ ਵੀ ਪਾਣੀ ਦੀ ਭਾਲ ਵਿੱਚ ਪਿੱਛੇ-ਪਿੱਛੇ ਹੀ ਚਲੇ ਗਏ ਇਤਿਹਾਸ ਗਵਾਹ ਹੈ ਫਕੀਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਖਿਦਮਤ ਆਪਣੇ ਪਿਤਾ ਤੋਂ ਵੀ ਵਧੇਰੇ ਕੀਤੀ ਸੀ ਪਰ ਅਫਸੋਸ ਇਹ ਗੱਲਾਂ ਸਾਡੇ ਸਕੂਲਾਂ ਕਾਲਜਾਂ ਵਿੱਚ ਪੜਾਈਆਂ ਹੀ ਨਹੀਂ ਜਾਂਦੀਆਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਭਵਿੱਖ ਵਿੱਚ ਕਿਹੜੀ ਮਹਾਨ ਹਸਤੀ ਦੀ ਵੀਡੀਓ ਵੇਖਣੀ ਪਸੰਦ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰਿਓ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਵੇਖਣ ਲਈ